ਕਹਿੰਦੇ ਪੇ ਪਹੁੰਚੇ ਤੇ ਵਹਾਂ ਜਾ ਕੇ ਫਿਰ ਲੇਟ ਕੇ ਹੋ ਕੇ ਥੱਕ ਗਏ ਮੈਂ, ਹਨਾ ਮੰਮੀ ਕੋ ਐਸੇ ਬੋਲੋਗਾ ਨਹੀਂ। ਉਹ ਝੰਡਾ ਫਲਾਇਆ ਉਸਕੇ ਬਾਅਦ ਮੈਨੇ ਆਪਣਾ ਚਾਰਟ ਪਕੜਾ ਔਰ ਦਿਖਾ ਦਿੱਤਾ। ਕਿਆ ਦਿਖਾਇਆ, ਕਿਆ ਬਤਾਇਆ? ਉਸਮੇ ਥਾ ਇੱਕ ਪਿਕਚਰ ਥੀ ਇਸਮੇ ਹੈਲਮੇਟ ਕੀ ਔਰ ਇਸਮੇ ਕੁਛ ਲਿਖਾ ਹੁਆ ਹੈਲਮੇਟ। ਹਾਂ ਹੈਲਮੇਟ ਸੇ ਬਾ ਯਾਦ ਲਾਇਆ ਆਪਕੋ, ਹੈਲਮੇਟ ਕੇ ਨਾਮ ਸੇ ਵੀ ਜਾਣਾ ਜਾਤਾ ਹੈ ਹੈਲਮੇਟ ਵਾਲੀ ਲੜਕੀ, ਹੈ ਨਾ। ਹੈਲਮੇਟ ਪੇ ਕਿਆ ਸੰਦੇਸ਼ ਦਿਆ ਵਾਪਰ ਜਾ ਕਰ? ਉਧਰ ਕੀ ਵੇਅਰ ਹੈਲਮੇਟ ਫੋਰ ਯੂਰ ਸੇਫਟੀ, ਹੈਲਮੇਟ ਪਹਿਨੋ ਆਪਕੀ ਸੇਫਟੀ ਕੇ ਲੀਏ ਬਸ ਯੇ ਸੇਫਟੀ। ਐਂਡ ਐਂਡ ਔਰ ਵੋ ਜੋ ਹੈਲਮੇਟ ਹੈ ਉਸਪੇ ਪੀਛੇ ਕਿਆ ਲਿਖਾ ਹੋਣਾ ਥਾ, ਉਸਮੇ ਮਾਰਕਡ ਹੋਣਾ ਚਾਹੀਏ ISI ਮਾਰਕ। ਅੱਛਾ ISI ਮਾਰਕ ਵਾਲਾ ਹੈਲਮੇਟ ਪਹਿਨਣਾ ਚਾਹੀਏ। ਕਿਉਂ ਹੈਲਮੇਟ ਕਿਉਂ ਪਹਿਨਣਾ ਚਾਹੀਏ? ਕਿਆ ਆਪਕੋ ਕੈਸੇ ਖਿਆਲ ਆਇਆ ਕਿ ਹੈਲਮੇਟ ਕਾ ਹੀ ਮੈਸੇਜ ਦੂੰ ਮੈਂ? ਮੁਝੇ ਯੇ ਆਇਆ ਕਿ ਜਬ ਮੰਮਾ ਹੈਲਮੇਟ ਪਹਿਨਤੇ ਹੋਤੇ ਥੇ ਉਸ ਟਾਈਮ ਤੋ ਮੈਨੇ ਉਨਕੋ ਇੱਕ ਕੁਐਸਚਨ ਪੁੱਛਾ ਕਿ ਆਪ ਹੈਲਮੇਟ ਕਿਉਂ ਪਹਿਨਤੇ ਹੋ? ਅੱਛਾ ਨਹੀਂ, ਹੈਲਮੇਟ ਕਿਉਂ ਪਹਿਨਤੇ ਮੰਮਾ ਸੇ ਪੁੱਛਾ ਆਪਨੇ, ਤੇ ਮੰਮਾ ਨੇ ਕਿਆ ਫਿਰ ਜਵਾਬ ਦਿਆ? ਮੰਮਾ ਨੇ ਬਾ ਕਹਾ ਕਿ ਆਪਣੀ ਸੇਫਟੀ ਕੇ ਲਈ, ਤੋ ਮੈਨੇ ਦੂਸਰਾ ਕੁਐਸਚਨ ਪੁੱਛਾ ਕਿ ਆਪਕੋ ਮੇਰੀ ਸੇਫਟੀ ਨਹੀਂ ਹੈ? ਉਹਨਾਂ ਨੇ ਕਹਾ ਹਾਂ ਹੈ ਤੋ ਹੈ। ਉਹਨਾਂ ਨੇ ਫਿਰ ਉਸਕੇ ਬਾਅਦ ਮੈਨੂੰ ਹੈਲਮੇਟ ਦਿਲਾ ਦਿੱਤਾ। ਤੋ ਐਵਰੇਸਟ ਤੇ ਜਾ ਕੇ ਆਪਨੇ ਹੈਲਮੇਟ ਕਾ ਮੈਸੇਜ ਦਿਆ, ਔਰ ਇਸਕੇ ਇਲਾਵਾ ਇੱਕ ਹੋਰ ਵੀ ਆਪਨੇ ਨਸ਼ੇ ਕਾ ਉਹ ਪਕੜਾ ਹੁਆ ਥਾ ਬੈਨਰ, ਉਹ ਕੀ ਥਾ ਸਾਰਾ ਮੈਸੇਜ? ਉਹ ਨਸ਼ੇ ਕਾ ਥਾ ਕਿ ਨਸ਼ਾ ਛੋੜ ਦੋ ਤੋ ਅੱਛਾ ਜਾਏਗਾ, ਨਹੀਂ ਤੋ ਪੁਲਿਸ ਪਕੜ ਜਾਏਗੀ। ਇਹ ਖਿਆਲ ਕੈਸੇ ਆਇਆ ਕਿ ਨਸ਼ੇ ਕਾ ਵਹਾਂ ਪਰ ਮੈਸੇਜ ਦੂੰ ਮੈਂ, ਜਾ ਕੇ ਇਤਨੀ ਉਚਾਈ ਪਰ ਜਾ ਕੇ ਲੋਕ ਦੇਖੇਂਗੇ ਕਿ ਹਾਂ ਨਸ਼ੇ ਕਾ ਮੈਸੇਜ ਦੂੰ ਮੈਂ? ਯੇ ਆਇਆ ਇੱਕ ਨਾ ਹਮ ਨਾ ਜਹਾਂ ਪਰ ਰਹਿਤੇ ਥੇ ਉਸ ਟਾਈਮ ਨਾ ਇੱਕ ਲੜਕੇ ਥੇ, ਲੜਕਾ ਥਾ ਤੋ ਉਨਕੀ ਮੰਮਾ ਥੀ, ਹੈ ਨਾ। ਲੜਕਾ ਹਮੇਸ਼ਾ ਮੀਨਸ ਨਸ਼ੇ ਕਰਤਾ ਤੋ ਉਨਕੋ ਹਮੇਸ਼ਾ ਪੁਲਿਸ ਲੈ ਕੇ ਜਾਤੀ ਹੋਤੀ ਥੀ, ਤੋ ਉਸ ਟਾਈਮ ਇਸ ਲਈ ਮੈਨੂੰ ਯੇ ਖਿਆਲ ਆ ਗਿਆ ਕਿ ਹਾਂ ਮੈਂ ਨਸ਼ੇ ਪੇ ਮੈਸੇਜ ਦੂੰ। ਕਿਆ ਮੈਸੇਜ ਦਿਆ ਫਿਰ ਆਪਣੇ ਵਾਪਰ? ਮੈਨੇ ਦਿਆ ਨਸ਼ਾ ਕਰੋਗੇ ਤੋ ਪੁਲਿਸ ਲੈ ਕੇ ਜਾਏਗੀ, ਨਹੀਂ ਤੋ ਨਹੀਂ ਲੈ ਕੇ ਜਾਏਗੀ। ਅੱਛਾ ਨਸ਼ਾ ਨਹੀਂ ਕਰੋਗੇ ਤੋ ਫਿਰ ਪੁਲਿਸ ਨਹੀਂ ਲੈ ਕੇ ਜਾਏਗੀ, ਹੈ। ਤੋ ਯੇ ਨਸ਼ਾ ਆਪਕੋ ਕਿਆ ਲੱਗਤਾ ਕਿ ਨਸ਼ਾ ਯਾ ਕੈਸੇ ਆਤਾ ਹੋਗਾ? ਯੇ ਪੈਸਾ ਵਗੈਰਾ, ਯੇ ਅਗਰ ਕੋਈ ਪੈਸਾ ਨਾ ਹੋ ਫਿਰ ਵਹੀ ਹੋਗਾ ਨਾ? ਪੈਸਾ ਨਹੀਂ ਹੋਗਾ ਤੋ ਨਹੀਂ ਹੋਗਾ, ਅਗਰ ਹੋਗਾ ਤੋ ਹੋਗਾ। ਠੀਕ ਹੈ, ਤੋ ਯੇ ਦੋ ਮੈਸੇਜ ਦਿਏ ਆਪਣੇ ਉੱਪਰ ਜਾ ਕਰ ਇਤਨੀ ਉਚਾਈ ਪਰ ਜਾ ਕਰ, ਹੈ। ਤੋ ਆਪਕੇ ਸਾਥ ਕੌਣ ਮੰਮੀ ਗਏ ਹੈ ਸਾਥ ਮੇ? ਤੋ ਮੰਮੀ ਨੇ ਫਿਰ ਟਾਂਗੇ ਟੁੰਗੇ ਦਬਾਈ ਵਹਾਂ ਪਰ ਜਾ ਕਰ ਕੇ ਪੈਦਲ ਹੀ ਚਲਤੇ ਗਏ ਸਾਥ ਮੇ? ਮੈਂ ਇੱਕ ਵੀਡੀਓ ਆਪਕੀ ਦੇਖ ਰਿਹਾ ਥਾ ਕਿ ਇੰਜੋਏ ਕਰਤੇ ਹੋਏ ਜਾ ਰਹੇ ਹੋ ਆਪਸ ਮੇ, ਕੈਸੇ ਥੇ ਵੋ ਸਾਰਾ, ਤੋ ਕੈਸੀ ਮੂਮੈਂਟ ਦੀ ਕੁਛ ਹਮੇ ਬਤਾਓਗੇ? ਕੈਸਾ ਸ਼ੁਰੂ ਕੈਸੇ ਹੁਆ, ਕੈਸੇ ਜਾਣਾ ਹੁਆ ਵਹਾਂ ਪਰ, ਕਿਆ ਕਰਤੇ ਗਏ? ਜਬ ਹਮਾਰਾ ਫਰਸਟ ਟਾਈਮ ਥਾ ਕਠਮੰਡੂ ਤੋ ਲੁਕਲਾ, ਹਮਨੇ ਫਲਾਈਟ ਲੈਣੀ ਥੀ ਕਠਮੰਡੂ ਤੋ ਲੁਕਲਾ ਲੈ ਲਈ। ਓਕੇ, ਜਬ ਲੁਕਲਾ ਪਹੁੰਚੇ ਤੋ ਹਮਨੇ ਹੋਟਲ ਲੈਣੇ ਥੇ, ਅਬ ਜਾ ਕੇ ਹੋਟਲ ਲੋ ਲੰਚ ਕੀਆ ਫਿਰ ਉਤਰੋ ਚਲੋ ਚਲ ਤੋ ਗਏ। ਉਹ ਐਸੇ ਥਾ ਸਟੇਟ ਸਟੇਟ ਨਹੀਂ ਐਸੇ ਤੋ ਬੇਸ ਕੈਂਪ ਥਾ ਸਿੱਧਾ, ਬਟ ਉਹ ਐਸੇ ਥਾ ਜਹਾਂ ਸੇ ਸਟੇਟ ਹੋ ਸਟੇਟ ਉੱਪਰ ਕੋ ਇਤਨਾ ਠੀਕ ਹੈ ਐਸੇ ਨਹੀਂ ਠੀਕ ਹੈ ਜਹਾਂ ਸੇ ਹਮ ਹੋਟਲ ਲੈਨੇ ਜਾ ਰਹੇ ਥੇ ਲੁਕਲਾ ਸੇ, ਤੋ ਐਸੀ 9th ਡੇ ਤੱਕ ਚਲਾ ਜਾਏਗਾ 129 ਡੇ, ਤੋ 10th ਡੇ ਪੇ ਹਮ ਪਹੁੰਚ ਗਏ ਤੋ ਬਹੁਤ ਮਜ਼ਾ ਆਇਆ ਉਸ ਡੇ ਪੇ। ਤੋ ਉਸ ਟਾਈਮ ਮੈਨੇ ਕਿਆ ਕੀਆ, ਆਪਣਾ ਝੰਡਾ ਲਿਆ ਫਲਾ ਦਿਆ,
और मैंने अपना चार्ट पेपर लिया और दिखा दिया सारों को ले लिया। तो तुसी देखेंगे छोटे जे बच्चे जड़ी हैगी है 9 साल दी उम्र दे विच माउंट एवरेस्ट दी तैयारी करदी हुई नजर आई ते बेस कैंप तक पहुंच जांदी है जिथे तक पहुंचना बड़ा औखा काम है ते उथे है छोटी जी बच्ची 9 साल दी उम्र दे विच ही उथे पहुंचदी हुई नजर आई। और उन्हां दे मदर है जिहड़े ओह नाल ने उन्हां नाल भी गलबात कर लैने उन्हां दा की कहना है। ਸਾਡੇ ਨਾਲ ਮਦਰ ਵੀ ਮੌਜੂਦ ਨੇ ਕਿਉਂਕਿ ਉਹਨਾਂ 9 ਸਾਲ ਦੀ ਬੱਚੀ ਦੇ ਨਾਲ ਮਦਰ ਵੀ ਉਹ ਮਾਊਂਟ ਐਵਰੈਸਟ ਦੇ ਬੇਸ ਕੈਂਪ ਤੱਕ ਗਏ ਨੇ। ਮੈਮ ਪਹਿਲੇ ਸਤਿ ਸ਼੍ਰੀ ਅਕਾਲ, ਤੁਸੀਂ ਬੇਸ ਕੈਂਪ ਤੱਕ ਪਹੁੰਚੇ ਹੋ, ਬੱਚੀ ਛੋਟੀ ਜਿਹੀ ਉਮਰ ਦੀ ਹੈ ਅਤੇ ਨਾਲ ਨਾਲ ਤੁਰੇ ਗਏ ਹੋ, ਥਕਾਵਟ ਮਹਿਸੂਸ ਨਹੀਂ ਹੋਈ? ਕਿਉਂਕਿ ਬੱਚਾ ਡਰ ਜਾਂਦਾ ਕਿ ਹਾਂ ਮੈਂ ਮੇਰੇ ਤੋਂ ਤੁਰਿਆ ਨਹੀਂ ਜਾਂਦਾ ਜਾਂ ਮੈਨੂੰ ਗੋਦੀ ਚੱਕ ਲਓ, ਕਿਸ ਤਰ੍ਹਾਂ ਹੈਂਡਲ ਕੀਤਾ ਤੁਸੀਂ? ਐਕਚੁਲੀ ਇਹ ਤਾਂ ਮੇਰੇ ਤੋਂ ਜ਼ਿਆਦਾ ਐਕਟਿਵ ਸੀਗੀ, ਹੈਂਡਲ ਤਾਂ ਇਹ ਸੀਗਾ ਵਿੱਚ ਥੋੜ੍ਹਾ ਬਿਮਾਰ ਵੀ ਹੋਈ ਸੀ ਕਿਵੇਂ ਕਿ ਉੱਥੇ ਜਿਹੜਾ ਹੈ ਐਟੀਟਿਊਡ ਦੀ ਪ੍ਰੋਬਲਮ ਹੈ, ਉੱਥੇ ਸਿਕਨੈਸ ਹੋ ਜਾਂਦੀ ਹੈ ਉੱਥੇ ਜਾ ਕੇ, ਜਿਵੇਂ ਅਚਾਨਕ ਗਰਮੀ ਆਉਂਦੀ ਹੈ ਅਤੇ ਇਹਨੇ ਜੈਕਟ ਜੁਕਟ ਉਤਾਰਤੀ ਸੀ ਤਾਂ ਇਹਨੂੰ ਵੋਮਿਟ ਵਗੈਰਾ ਥੋੜ੍ਹਾ ਹੋਇਆ ਸੀ, ਪਰ ਆਲ ਸ਼ੀ ਵਾਜ਼ ਹੈਪੀ। ਐਂਡ ਮੈਨੂੰ ਇਹ ਲੱਗਦਾ ਹੈ ਕਿ ਜਿਵੇਂ ਅੱਜ ਕੱਲ੍ਹ ਦੇ ਬੱਚੇ ਟੀ ਵੀ ਮੋਬਾਈਲ 'ਤੇ ਜ਼ਿਆਦਾ ਲੱਗੇ ਹੋਏ ਆ, ਤਾਂ ਉਹਨਾਂ ਚੀਜ਼ਾਂ ਤੋਂ ਮੈਨੂੰ ਦੂਰ ਰੱਖਿਆ ਹੋਇਆ। ਸ਼ੀ ਡਜ਼ਨਟ ਵਾਟ, ਆਈ ਡੋਂਟ ਹੈਵ ਅ ਟੀ ਵੀ ਐਟ ਹੋਮ, ਘਰੇ ਮੈਂ ਟੀ ਵੀ ਨਹੀਂ ਲਗਾਇਆ ਹੋਇਆ। ਅਤੇ ਦੂਜਾ ਇਹ ਹੈ ਕਿ ਮੈਨੂੰ ਲੱਗਦਾ ਕਿ ਜਿਵੇਂ ਹੁਣ ਇਹਨੂੰ ਜਿੰਨੀ ਟਫ ਲਾਈਫ ਦਊਂਗੀ ਅੱਗੇ ਉਹਨੂੰ ਉਨਾ ਈਜ਼ੀ ਹੋ ਜਾਏਗਾ, ਜੇ ਹੁਣੇ ਤੋਂ ਮੈਂ ਇਹਨੂੰ ਈਜ਼ੀ ਲਾਈਫ ਦੇਤੀ ਤਾਂ ਅੱਗੇ ਇਹਨੂੰ ਟਫ ਚੀਜ਼ਾਂ ਹੈਂਡਲ ਕਰਨੀਆਂ ਔਖੀਆਂ ਹੋ ਜਾਣਗੀਆਂ। ਇਸ ਕਰਕੇ ਮੈਂ ਇਹ ਚੀਜ਼ ਪਲਾਨ ਕੀਤੀ ਸੀ। ਉੱਥੇ ਆਕਸੀਜਨ ਦੀ ਵੀ ਕਮੀ ਹੁੰਦੀ ਹੋਏਗੀ? ਹਾਂਜੀ ਹਾਂਜੀ, ਕਿਉਂਕਿ -5 ਡਿਗਰੀ ਸੀਗਾ ਤਾਂ ਆਕਸੀਜਨ ਤਾਂ ਵੈਸੇ 5364 ਕਿਲੋਮੀਟਰ ਸੀਗਾ, ਅਤੇ ਇੰਨੀ ਦੂਰ ਜਾ ਕੇ ਹਾਈਟ 'ਤੇ ਆਕਸੀਜਨ ਲੈਵਲ ਦੀ ਤਾਂ ਓਬਵੀਅਸਲੀ ਕਮੀ ਆਉਂਦੀ ਹੈ, ਸਾਹ ਦੀ ਪ੍ਰੋਬਲਮ ਮੈਨੂੰ ਤਾਂ ਆਈ ਸੀਗੀ। ਤੇ ਅੱਛਾ, ਇਸ ਨੂੰ ਤੁਹਾਨੂੰ ਆ ਗਈ, ਇਸ ਨੂੰ ਨਹੀਂ ਆਈ ਹੈ? ਇਹਨੂੰ ਨਹੀਂ ਆਈ ਇੰਨੀ, ਮੇ ਬੀ ਸ਼ੀ ਇਜ਼ ਅ ਟਾਇਕਵਾਂਡੋ ਪਲੇਅਰ, ਕਹਿੰਦੇ ਕਿ ਜਿਹੜਾ ਪਲੇਅਰ ਹੁੰਦਾ ਉਹਦੇ ਅੰਦਰ ਸਟੈਮਿਨਾ ਹੁੰਦਾ ਹੈ, ਤੇ ਮੇ ਬੀ ਇਸ ਕਰਕੇ ਇਹਨੂੰ ਨਹੀਂ ਆਈ। ਮਤਲਬ ਕਿ ਇਹਨੂੰ ਨਹੀਂ ਆਈ ਹੈ ਸਟੈਮਿਨਾ, ਮਤਲਬ ਕੀ ਬਾਤ ਹੈ? ਨਵੀਂ ਗੱਲ ਤੁਸੀਂ ਦੱਸਦੇ, ਟਾਇਕਵਾਂਡੋ ਦੀ ਪਲੇਅਰ ਵੀ ਹੈ ਤੇ ਉਹ ਕੋਈ ਮੈਡਲ ਵਗੈਰਾ ਵੀ ਜਿੱਤ ਕੇ? ਹਾਂਜੀ ਹਾਂਜੀ, ਸਾਊਥ ਕੋਰੀਆ ਤੋਂ ਸ਼ੀ ਇਜ਼ ਗੋਲਡ ਮੈਡਲਿਸਟ, ਐਂਡ ਹੁਣ ਨੈਸ਼ਨਲ ਵੀ ਖੇਲ ਕੇ ਆਈ ਹੈ। ਨੈਸ਼ਨਲ 'ਚ ਤਾਂ ਚਲੋ ਮੈਡਲ ਨਹੀਂ ਆਇਆ, ਪਰ ਮੈਨੂੰ ਇਹ ਕਿ ਚਲੋ ਉੱਥੇ ਤੱਕ ਪਹੁੰਚੀ, ਉਹ ਵੀ ਬਹੁਤ ਵੱਡੀ ਗੱਲ। ਮੈਸੇਜ ਉੱਥੇ ਜਾ ਕੇ ਉੱਪਰ ਜਾ ਕੇ ਦਿੱਤਾ ਕਿ ਹਾਂ ਨਸ਼ਿਆਂ ਤੋਂ ਦੂਰ ਰਹੋ ਤੇ ਹੈਲਮੇਟ ਪਾ ਕੇ ਜਿਹੜੀ ਡਰਾਈਵਿੰਗ ਕਰੋ, ਉਹ ਤਾਂ ਕਹਿੰਦੇ ਕਿ ਮੋਟੀਵੇਟ ਮੰਮੀ ਨੇ ਕੀਤਾ ਮੈਨੂੰ? ਹਾਂਜੀ, ਮੈਂ ਐਕਚੁਅਲੀ ਚੰਡੀਗੜ੍ਹ ਦੀ ਰਹਿਣ ਵਾਲੀ ਹਾਂ ਤੇ ਚੰਡੀਗੜ੍ਹ ਆਲਮੋਸਟ ਸਾਰੇ ਹੀ ਹੈਲਮੇਟ ਪਾਉਂਦੇ ਆ। ਉੱਥੇ ਜਿਹੜੇ ਰੂਲਸ ਨੇ ਟ੍ਰੈਫਿਕ ਦੇ ਬੜੇ ਹੀ ਫਾਸਟ ਨੇ, ਯੂ ਹੈਵ ਟੂ ਫੋਲੋ ਆਲ ਦਾ ਰੂਲਸ ਆਫ ਟ੍ਰੈਫਿਕ ਦੇਅਰ। ਤਾਂ ਜਦੋਂ ਮੈਂ ਪਟਿਆਲੇ ਟ੍ਰਾਂਸਫਰ ਹੋ ਕੇ ਤੇ ਸ਼ਿਫਟ ਹੋਈ ਤਾਂ ਮੇਰੀ ਬੇਟੀ ਨੇ ਵੀ ਮੈਨੂੰ ਸਵਾਲ ਕੀਤਾ ਕਿ ਮੰਮਾ ਆਪ ਡਾਲਤੇ ਹੋ, ਕਿਉਂ ਡਾਲਤੇ ਹੋ, ਮੁਝੇ ਤਾਂ ਆਪਨੇ ਕਦੇ ਦਿਲਾਇਆ ਨਹੀਂ। ਤੇ ਮੈਨੂੰ ਇਹ ਕੁਐਸਚਨ ਸਟਿਕ ਕੀਤਾ ਮੇਰੇ ਮਾਈਂਡ 'ਚ ਕਿ ਵੀ ਹਾਂ ਵੀ ਹੋਣਾ ਚਾਹੀਦਾ ਹੈਲਮੇਟ ਬੱਚਿਆਂ ਲਈ ਵੀ, ਫਿਰ ਮੈਂ ਇਹਦੇ ਲਈ ਲੱਭਿਆ ਤੇ ਆਈ ਫਾਊਂਡ ਇਟ ਹੇਅਰ ਇਨ ਪਟਿਆਲਾ। ਬੱਚਿਆਂ ਲਈ ਵੀ ਹੈਲਮੇਟ ਅਵੇਲੇਬਲ ਹੈ, ਤੇ ਇਹਨੂੰ ਵੀ ਪਤਾ ਹੈ ਕਿੰਨੀ ਉਮਰ ਤੋਂ ਪਾਉਣਾ ਚਾਹੀਦਾ ਹੈਲਮੇਟ, ਮਤਲਬ 4 ਸਾਲ ਤੋਂ ਉੱਪਰ ਦੇ ਸਾਰੇ ਬੱਚਿਆਂ ਨੂੰ ਐਂਡ ਬੜਿਆਂ ਨੂੰ ਹੈਲਮੇਟ ਪਾਉਣਾ ਚਾਹੀਦਾ ਹੈ ਸੇਫਟੀ ਲਈ। ਤੋ ਸੇਫਟੀ ਲਈ 4 ਸਾਲ ਦੇ ਬੱਚਿਆਂ ਨੂੰ ਵੀ ਹੈਲਮੇਟ ਪਾਉਣਾ ਚਾਹੀਦਾ ਹੈ। ਟਾਇਕਵਾਂਡੋ ਦੀ ਪਲੇਅਰ ਹੈ, ਬੱਚੇ ਗੋਲਡ ਮੈਡਲਿਸਟ ਹੈ ਤੇ 9 ਸਾਲ ਦੀ ਉਮਰ ਦੇ ਵਿੱਚ ਹੀ ਜਿਹੜੇ ਮਾਊਂਟ ਐਵਰੈਸਟ ਦੇ ਜਿਹੜਾ ਬੇਸ ਕੈਂਪ ਹੈ ਉੱਥੇ ਪਹੁੰਚੀ ਤੇ ਉੱਥੇ ਝੰਡਾ ਫਹਿਰਾ ਕੇ, ਜਿਹੜਾ ਭਾਰਤ ਦਾ ਝੰਡਾ ਉਹ ਫਹਿਰਾ ਕੇ ਤੇ ਨਸ਼ਿਆਂ ਦੇ ਵਿਰੁੱਧ ਜਿਹੜਾ ਹੈਗਾ ਇੱਕ ਜਾਗਰੂਕਤਾ ਉਹਨੇ ਦੱਸੀ ਤੇ ਨਾਲ ਹੀ ਹੈਲਮੇਟ ਬਾਰੇ ਵੀ ਦੱਸਿਆ ਕਿ ਲੋਕਾਂ ਨੂੰ ਹੈਲਮੇਟ ਪਾ ਕੇ ਜਿਹੜੀ ਹੈਗੀ ਡਰਾਈਵਿੰਗ ਕਰਨੀ ਚਾਹੀਦੀ ਹੈ। पटियाला तो कैमरामैन संदीप के नाल कुलविंदर कुमार। हेलो, देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।